ਤੁਹਾਡਾ ਆਪਣਾ ਵਿਦਿਆਰਥੀ ਜੋ ਕਿ ਸਾਡੇ ਕੋਲ ਮੌੜ ਮੰਡੀ ਤੋਂ ਦੂਰ ਤੇ ਛੋਟੇ ਛੋਟੇ ਬੱਚਿਆਂ ਨੂੰ ਸਟਾਫ ਲੈ ਕੇ ਸਕੂਲ ਦਾ ਸਾਡੇ ਕੋਲ ਪਹੁੰਚਿਆ। ਹਾਂਜੀ ਸਰ, ਆਪਣੇ ਸਕੂਲ ਦਾ ਕੀ ਨਾਮ ਸਰ? ਸਰਵਿਤਕਾਰੀ ਸਕੂਲ ਮੌੜ। ਮੌੜ। ਹਾਂਜੀ ਬੱਚਿਓ, ਤੁਹਾਨੂੰ ਕਿੱਦਾਂ ਦਾ ਲੱਗਿਆ ਰਾਜੀ ਕਲਾ ਕੇਂਦਰ? ਤੁਸੀਂ ਇਹ ਕੂੜਾ ਪੜ੍ਹ ਕੇ ਸੁਣਾਓ ਸਾਰਾ ਫੱਟੀ ਦੇ ਉੱਤੇ ਦੱਬ ਕੇ। ਆਪਣੇ ਬੱਚਿਆਂ ਨੂੰ ਜਰੂਰ ਵਿਖਾਇਆ। ਤੁਹਾਨੂੰ ਵੀ ਬੇਨਤੀ ਕਰਦੇ ਹਾਂ, ਤੁਸੀਂ ਵੀ ਆਪਣੇ ਬੱਚਿਆਂ ਨੂੰ ਬਾਕੀ ਸਕੂਲ ਵਾਲਿਆਂ ਨੂੰ ਬੇਨਤੀ ਕਰਦੇ ਨੇ ਵੀ ਰਾਜੀ ਕਲਾ ਕੇਂਦਰ ਦੇ ਵਿੱਚ ਬਣੀਆਂ ਹੋਈਆਂ ਹਰ ਕਲਾ ਕਿਰਤੀਆਂ ਬੱਚਿਆਂ ਦੇ ਨਾਲ ਰਿਲੇਟਡ ਨੇ, ਜੋ ਕਿ ਬੱਚਿਆਂ ਨੂੰ ਦਿਖਾਉਣੀਆਂ ਜ਼ਰੂਰੀ ਨੇ। ਤੁਸੀਂ ਵੀ ਆਪਣੇ ਬੱਚਿਆਂ ਦਾ ਕਲਾ ਕੇਂਦਰ ਤੁਹਾਡਾ ਆਪਣਾ ਰਾਜੀ ਵੀ ਤੁਹਾਡਾ ਆਪਣਾ ਰਾਜੀ। ਹਾਂਜੀ ਮੇਰੇ ਪਿਆਰੇ ਵੀਰੋ, ਜੋ ਕਿ ਤੁਸੀਂ ਵੇਖ ਰਹੇ ਹੋ ਰਾਠੀ ਕਲਾ ਕੇਂਦਰ ਦੇ ਉੱਪਰ ਮੌੜ ਮੰਡੀ ਤੋਂ ਬੱਚੇ ਰਾਠੀ ਕਲਾ ਕੇਂਦਰ ਵੇਖਣ ਵਾਸਤੇ ਆਏ, ਮੈਂ ਸਾਰੇ ਸਟਾਫ ਦਾ ਬੱਚਿਆਂ ਦਾ ਧੰਨਵਾਦ ਕਰਦਾ ਹੋਇਆ ਜੋ ਕਿ ਸਰ ਆਪਣੇ ਵਿਚਾਰ ਦੇਣਗੇ। ਆਇਓ ਸਰ ਮਨਾ ਜੀ। ਹਾਂਜੀ ਸਰ, ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਰਾਠੀ ਕਲਾ ਕੇਂਦਰ? ਰਾਠੀ ਕਲਾ ਕੇਂਦਰ ਦਾ ਮੈਂ ਪਹਿਲਾਂ ਵੀ ਸੁਣਿਆ ਸੀ, ਬਹੁਤ ਵਧੀਆ ਇਹ ਪੁਰਾਣੀਆਂ ਚੀਜ਼ਾਂ ਤੇ ਮੈਸੇਜ ਕਨਵੇਇੰਗ ਇਹਨਾਂ ਨੇ ਕਲਾਕ੍ਰਿਤੀਆਂ ਬਣਾਈਆਂ ਹੋਈਆਂ, ਤੇ ਮੈਂ ਚਾਹੁੰਦਾ ਵੀ ਸਾਡੇ ਹੋਰ ਵੀ ਮੌੜ ਦੇ ਸਕੂਲ ਇਸ ਦੇ ਵਿੱਚ ਆਉਣ ਤੇ ਆਪਣੇ ਬੱਚਿਆਂ ਨੂੰ ਇਹਨਾਂ ਸਾਰੀਆਂ ਜੋ ਇਹਨਾਂ ਦੇ ਦੁਆਰਾ ਬਣਾਈਆਂ ਹੋਈਆਂ ਕਲਾਕ੍ਰਿਤੀਆਂ ਦੇ ਮੈਸੇਜ ਹੈ ਉਹ ਬੱਚਿਆਂ ਤੱਕ ਪਹੁੰਚਾਇਆ ਜਾ ਸਕੇ। ਵਾਜਪੇ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਸਕੂਲ ਦਾ ਵੀ, ਤੁਹਾਡੇ ਸਟਾਫ ਦਾ ਵੀ, ਤੁਹਾਡੇ ਬੱਚਿਆਂ ਦਾ ਵੀ। ਹਾਂਜੀ ਵੀਰੋ, ਤੁਸੀਂ ਵੀ ਆਪਣੇ ਬੱਚਿਆਂ ਨੂੰ ਰਾਠੀ ਕਲਾ ਕੇਂਦਰ ਜ਼ਰੂਰ ਦਿਖਾਇਓ, ਤੁਹਾਡਾ